ਡੂਢ ਕਿੱਲਾ ਜੀ ਅੰਮ੍ਰਿਤਸਰ ਚ ਲਾਇਆ ਜੀ, ਠੇਕੇ ਤੇ ਵਾਹਨ ਲੈ ਕੇ 80,000 ਰੇਟ ਤਾਂ 90 ਰੁਪਏ ਦਾ ਗਿਆ, ਕੁਛ ਬਣਦਾ ਨੀ ਅੱਗੇ ਬਾਅਦ ਜੀ ਅੱਖ ਕੇ। ਪੰਜਾਬ ਵਿੱਚ ਕਿਸਾਨਾਂ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਬਦਲਵਾਂ ਫਸਲੀ ਚੱਕਰ ਅਪਣਾਉਣ ਦਾ ਸੱਦਾ ਤਾਂ ਦਿੱਤਾ, ਪਰ ਬਦਲਵੀਆਂ ਫਸਲਾਂ ਦਾ ਉਚਿਤ ਮੁੱਲ ਸਹੀ ਮੰਡੀਕਰਨ ਉਹਨਾਂ ਨੂੰ ਕਦੇ ਨਹੀਂ ਮਿਲਿਆ। ਜਿਨ੍ਹਾਂ ਕਿਸਾਨਾਂ ਨੇ ਬਦਲਵੀਂ ਫਸਲ ਦਾ ਰਾਹ ਫੜਿਆ ਉਹਨਾਂ ਨੂੰ ਅੱਧ ਵਿਚਾਲੇ ਉਹ ਰਾਹ ਛੱਡਣਾ ਪੈ ਗਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਗਾ ਵਿੱਚ ਸਮੇਂ ਸਮੇਂ ਸਿਰ ਕਿਸਾਨਾਂ ਨੇ ਬਦਲਵੀਆਂ ਫਸਲਾਂ ਬੀਜੀਆਂ ਹਨ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਕਾਸ਼ਤ ਸ਼ਿਮਲਾ ਮਿਰਚ ਦੀ ਹੁੰਦੀ ਹੈ, ਪਰ ਹੁਣ ਇਹ ਸ਼ਿਮਲਾ ਮਿਰਚ ਕਿਸਾਨਾਂ ਲਈ ਮਿੱਠੀ ਨਹੀਂ ਰਹੀ। ਕਿਸਾਨਾਂ ਨੇ ਸਹੀ ਭਾਅ ਨਾ ਮਿਲਣ ਦੇ ਕਰਕੇ ਬਹੁਤ ਸਾਰੀ ਫਸਲ ਵਾਹ ਦਿੱਤੀ ਹੈ ਤੇ ਹੋਰ ਕਿਸਾਨ ਫਸਲ ਵਾਹੁਣ ਦੇ ਲਈ ਤਿਆਰ ਬੈਠੇ ਨੇ। ਭੈਣੀ ਬਾਗਾ ਦੇ ਕਿਸਾਨ ਰਾਜ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਸ਼ਿਮਲਾ ਮਿਰਚ ਉਸਨੇ 1.5 ਕਿੱਲੇ ਵਿੱਚ ਲਾਈ ਸੀ ਜੋ 3 ਰੁਪਏ ਕਿੱਲੋ ਵਿਕ ਰਹੀ ਸੀ। ਨਾ ਵਪਾਰੀ ਗੱਲ ਸੁਣਦੇ ਸੀ ਤੇ ਨਾ ਹੀ ਸਰਕਾਰ, ਅੱਕ ਕੇ ਉਸਨੇ ਫਸਲ ਵਾਹ ਦਿੱਤੀ। ਇੱਕ ਹੋਰ ਕਿਸਾਨ ਰਸੀਪ ਸਿੰਘ ਨੇ ਕਿਹਾ ਕਿ 80,000 ਰੁਪਏ ਠੇਕੇ ਤੇ ਵਾਹਨ ਲੈ ਕੇ 2.5 ਕਿੱਲੇ ਸ਼ਿਮਲਾ ਮਿਰਚ ਲਾਈ ਸੀ, ਪਰ ਮਜਬੂਰੀ ਬਸ ਉਸਨੂੰ ਵਾਹੁਣਾ ਪੈ ਗਿਆ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਸਿਰਫ ਬਦਲਵਾਂ ਫਸਲੀ ਚੱਕਰ ਅਪਣਾਉਣ ਦਾ ਰਾਗ ਨਾ ਲਾਪੇ, ਸਗੋਂ ਬਦਲਵੀਆਂ ਫਸਲਾਂ ਦਾ ਉਚਿਤ ਮੁੱਲ ਚੰਗੇ ਮੰਡੀਕਰਨ ਦਾ ਪ੍ਰਬੰਧ ਕਰੇ ਤਾਂ ਕਿ ਕਿਸਾਨ ਪੁਰਾਣੀਆਂ ਫਸਲਾਂ ਚੋਂ ਨਿਕਲ ਕੇ ਬਦਲਵੀਂ ਖੇਤੀ ਕਰ ਸਕਣ। ਮੇਰਾ ਨਾਮ ਰਾਜ ਸਿੰਘ ਹੈ ਜੀ। ਸ਼ਿਮਲਾ ਮਿਰਚ ਲਾਈ ਸੀ 2.5 ਕਿੱਲਾ ਅਤੇ ਉਹ ਵਿਕ ਨਹੀਂ ਰਹੀ, 2 ਰੁਪਏ 2.5 ਰੁਪਏ ਚੱਕਦੇ ਹੈ, ਨਾ ਵਪਾਰੀ ਮਿਲੇ ਹੋਏ ਨੇ ਸਾਰੇ, ਅਤੇ ਨਾ ਕੋਈ ਸਰਕਾਰ ਸੁਣਦੀ ਹੈ ਸਾਡੀ ਜੀ। ਅੱਜ ਬਾਅਦ ਜੀ ਅੱਖ ਕੇ ਕਿੰਨਾ ਵਾਹਣ ਵਾਹਤਾ 2.5 ਕਿੱਲਾ ਜੀ। ਕਹਿੰਦਾ ਮਾਜਮਾ ਮੰਗਦਾ ਜੀ, ਮਿਲ ਜੇ ਸਾਨੂੰ ਕੁਛ ਦੇ ਸਰ। ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਅੱਜ ਸਾਡੇ ਪਿੰਡ ਭੈਣੀ ਬਾਗਾ ਦੇ ਵਿੱਚ ਸ਼ਿਮਲਾ ਮਿਰਚ ਦੀ ਖੇਤੀ ਕਿਸਾਨ ਕਰਦੇ ਸੀ ਠੇਕੇ 'ਤੇ ਲੈ ਕੇ ਵਾਹਣ, ਰਾਜ ਸਿੰਘ ਨੇ ਠੇਕੇ 'ਤੇ ਵਾਹਣ ਲਿੱਤਾ 80,000 ਨੂੰ, ਅਤੇ ਸਰਕਾਰ ਕਹਿੰਦੀ ਆ ਵੀ ਬਦਲਵਾਂ ਫਸਲਾਂ ਬੀਜੋ ਤੁਸੀਂ, ਤਾਂ ਇਸ ਨੇ ਕਣਕ ਦੀ ਥਾਂ ਦੇ ਉੱਤੇ ਸ਼ਿਮਲਾ ਮਿਰਚ ਦੀ ਖੇਤੀ ਕੀਤੀ, ਅਤੇ ਜਿਹੜੀ ਦੇ ਵਿੱਚੋਂ ਡੱਕਾ ਨਹੀਂ ਇਹਨੂੰ ਬਚਿਆ ਹੈਗਾ, ਅਤੇ ਸਾਰੇ ਦਾ ਸਾਰਾ ਖਰਚਾ ਜਿਹੜਾ ਇਹਦੇ ਸਿਰ 'ਤੇ ਹੈ। ਅਤੇ ਮਿਰਚ ਦਾ ਅੱਜ ਦਾ ਜੇ ਅਸੀਂ ਰੇਟ ਦੱਸ ਦਈਏ ਤੁਹਾਨੂੰ, 3 ਰੁਪਈਆਂ ਤੋਂ ਲੈ ਕੇ 3.5 ਰੁਪਈਏ ਸ਼ਿਮਲਾ ਮਿਰਚ ਦਾ ਰੇਟ ਹੈ, ਅਤੇ ਖਰਚਾ ਇਹਤੇ ਕਿੰਨਾ ਪੈ ਰਿਹਾ ਅੱਜ ਲਿਫਾਫੇ 'ਤੇ ਤੋੜਨ 'ਤੇ, ਇੱਕ ਲਿਫਾਫੇ ਦੇ ਉੱਤੇ 15 ਕਿੱਲੋ ਦਾ ਲਿਫਾਫਾ ਹੈ ਸਾਰਾ, ਇਹ 15 ਕਿੱਲੋ ਦੇ ਲਿਫਾਫੇ ਦੇ ਵਿੱਚ ਖਰਚਾ ਪੈ ਰਿਹਾ ਸਾਨੂੰ 4-5 ਰੁਪਈਏ ਲਿਫਾਫੇ ਦਾ ਖਰਚਾ ਪੈਂਦਾ, ਤਾਂ ਸਾਨੂੰ ਇਹਦੇ ਵਿੱਚੋਂ ਬਚਦਾ ਕੀ ਹੈ? 5 ਰੁਪਈਏ ਸਾਡੀ ਆਮਦਨ ਹੋਣੀ ਹੈ, 5 ਰੁਪਈਏ ਸਾਨੂੰ ਲਿਫਾਫੇ ਦਾ ਖਰਚਾ ਪੈਂਦਾ। ਤਾਂ ਕਰਕੇ ਇਸ ਕਿਸਾਨ ਨੇ ਜਿਹੜੀ ਸ਼ਿਮਲਾ ਮਿਰਚ ਆ ਅੱਜ ਅੱਕੇ ਹੋਏ ਕਿਸਾਨ ਨੇ ਇਹਨੂੰ ਵਾਹਿਆ, ਕਿਉਂਕਿ ਜੇ ਇਹ ਰੱਖਦਾ ਇਹਦੇ ਉੱਤੇ ਖਰਚੇ ਹੋਰ ਬਹੁਤ ਜ਼ਿਆਦਾ, ਮਜ਼ਦੂਰੀ ਬਹੁਤ ਮਹਿੰਗੀ ਪੈ ਜਾਂਦੀ ਆ, ਅਤੇ ਇਹਦੇ ਉੱਤੇ ਰੇਹਾਂ ਸਪਰੇਹਾਂ ਦੇ ਖਰਚੇ ਬਹੁਤ ਪੈ ਜਾਂਦੇ ਆ, ਇਹਨਾਂ ਤੋਂ ਵਾਹਣ ਦਾ ਠੇਕਾ ਵੀ ਨਹੀਂ ਪੂਰਾ ਕੀਤਾ ਜਾਂਦਾ। ਅਸੀਂ ਸਰਕਾਰ ਨੂੰ ਇਸ ਗੱਲ ਤੋਂ ਕਹਿਣਾ ਚਾਹੁੰਦੇ, ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਆਹ ਜਿਹੜੀਆਂ ਤੁਸੀਂ ਬਦਲਵੀਆਂ ਫਸਲਾਂ ਦਾ ਕਹਿੰਦੇ ਹੋ ਕਰੋ ਹੱਲ, ਧਰਤੀ ਹੇਠਲਾ ਪਾਣੀ ਥੱਲੇ ਜਾਈ ਜਾਂਦਾ, ਤਾਂ ਜੇ ਕਿਸਾਨਾਂ ਨੇ ਤਹੀਆ ਕੀਤਾ ਸੀ ਤਾਂ ਫਿਰ ਇਸ ਨੂੰ ਵੀ NSP ਦੇ ਵਿੱਚ
ਕਿਉਂ ਨਹੀਂ ਰੇਟ ਤੈਅ ਕੀਤਾ ਜਾਂਦਾ ਸਾਡਾ? ਇਹ ਸ਼ਿਮਲਾ ਮਿਰਚ ਵੀ ਉਹ NSP ਦੇ ਰੇਟ ਦੇ ਵਿੱਚ ਲੈਣੀ ਚਾਹੀਦੀ ਹੈ। ਖਰਬੂਜ਼ਾ ਲਾਉਂਦੇ ਹੈ ਉਹ ਵੀ NSP ਦੇ ਰੇਟ ਦੇ ਵਿੱਚ ਲੈਣਾ ਚਾਹੀਦਾ ਹੈ। ਜਿੰਨੀਆਂ ਵੀ ਫਸਲਾਂ ਬੀਜਦੀਆਂ ਕਿਸਾਨ ਧਰਤੀ ਦੇ ਉੱਤੋਂ ਉਗਾਉਂਦਾ ਉਹਨੂੰ ਸਾਰੀ ਦੀ ਸਾਰੀ ਫਸਲ ਨੂੰ NSP ਦੇ ਹਿਸਾਬ ਦੇ ਨਾਲ ਉਹਨੂੰ ਰੇਟ ਤੈਅ ਕੀਤਾ ਜਾਵੇ ਅਤੇ ਉਹਦਾ ਮੰਡੀਕਰਨ ਹੈ ਜਿਹੜਾ, ਜਿਵੇਂ ਪਿੰਡਾਂ ਦੀਆਂ ਮੰਡੀਆਂ ਦੇ ਵਿੱਚ ਫਸਲਾਂ ਵਿਕਦੀਆਂ ਤਾਂ ਕਿਸਾਨ ਆਪਦੀ ਮੰਡੀ ਦੇ ਵਿੱਚ ਲਿਜਾਵੇ, ਉੱਥੋਂ ਆ ਕੇ ਵਪਾਰੀ ਆਉਣ, ਸਰਕਾਰ ਚੱਕੇ। ਜ਼ਿੰਮੇਵਾਰੀ ਇਹ ਸਰਕਾਰ ਦੀ ਬਣਦੀ ਹੈ, ਸਰਕਾਰ ਜ਼ਿੰਮੇਵਾਰੀ ਸਮਝ ਨਹੀਂ ਰਹੀ, ਸਰਕਾਰ ਭੱਜਦੀ ਹੈ। ਤਾਂ ਅਸੀਂ ਸਰਕਾਰ ਨੂੰ ਫਿਰ ਕਹਿੰਦੇ ਹਾਂ ਕਿ ਜੇ ਨਾ ਤੁਸੀਂ ਆਹ ਸਾਨੂੰ NSP ਦੇ ਵਿੱਚ ਲੈ ਕੇ ਆਏ ਤਾਂ ਫਿਰ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਸ਼ਿਮਲਾ ਮਿਰਚ ਦੀ ਖੇਤੀ ਵਾਲੇ ਕਿਸਾਨ ਵੀ ਉੱਠ ਕੇ ਸੜਕਾਂ ਦੇ ਉੱਤੇ ਆਉਣਗੇ, ਕਿਉਂਕਿ ਰੇਟ ਹੈ ਹੀ ਨਹੀਂ। ਖਤਮ ਕਰਤੇ ਕਿਸਾਨ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ, ਅੱਜ ਕਿਸਾਨ ਖੁਦਕਸ਼ੀਆਂ ਦੇ ਕਿਨਾਰੇ ਦੇ ਉੱਤੇ ਹੈ। ਖੁਦਕਸ਼ੀ ਕਰਨ ਨੂੰ ਕਿਸਾਨ ਹਰੇਕ ਤਿਆਰ ਹੈ। ਕਰਜ਼ਾ ਜਿਹੜਾ ਅਮਰਵੇਲ ਵਾਂਗੂ ਵੱਧਦਾ ਜਾਂਦਾ। ਰੇਟ ਤਾਂ 90 ਰੁਪਏ ਦਾ ਗਿਆ, ਕੁਛ ਬਣਦਾ ਨਹੀਂ, ਬਾਤ ਹੀ ਸੱਚ ਕਹੋ ਲਈ ਮਾਨਸਾ ਤੋਂ ਸੁਖਜੀਤ ਮਾਨ।